भारत पाक अटारी बॉर्डर ट्रक ऑपरेटर यूनियन ने अध्यक्ष हरिंदर सिंह लाली के नेतृत्व में बैठकर यूनियन ने मांगों को लेकर पूर्ण रूप से चक्का जाम करने का ऐलान किया है। यूनियन से जुड़े ट्रांसपोर्टर, ट्रक चालक, सहायक और कारोबारी पारिवारिक मेंबरों के साथ सोमवार से सड़क पर उतरेंगे। यूनियन ने चेतावनी दी है कि अगर उनकी मांगों को न माना तो 900 के करीब ट्रक अमृतसर से अटारी रोड पर खड़ा कर ट्रकों की चाबियां प्रशासन को सौंप देंगे। ਅੱਜ ਕਿਸ ਮੰਗ ਨੂੰ ਲੈ ਕੇ ਧਰਨਾ ਦਿੱਤਾ? ਹਾਂਜੀ, ਅੱਜ ਇਸ ਤਰ੍ਹਾਂ ਹੋਇਆ ਜੀ, ਸਾਡੇ ਕੋਲ ਮਾਲ ਬਿਲਕੁਲ ਨਾ ਖੁੱਸ ਗਿਆ, ਕਿਉਂਕਿ ਇੱਥੇ BSB ਵਾਲਾ ਪਹਿਲਾਂ ਵੀ ਕੰਮ ਕਰ ਰਿਹਾ ਸੀ, ਪਰ ਉਹਨੇ ਸਾਡੇ ਨਾਲ ਬਿਲਕੁਲ ਧੋਖਾ ਕਰਤਾ। ਸਾਡੇ ਜੋ ਰੇਟ ਹੁੰਦੇ ਆ, ਅਸੀਂ ਰੇਟ ਬੜੇ ਲੈ ਹੁੰਦੇ ਆ, ਇਹਨੇ ਸਾਰੀਆਂ ਪਾਰਟੀਆਂ ਨੂੰ ਮਤਲਬ ਕਿ ਆਪਾਂ ਲੈ ਕੇ ਵਿਸ਼ਵਾਸ ਦੇ ਵਿੱਚ ਤੇ ਘੱਟ ਰੇਟ। ਪਰ ICPDO ਇੰਟਰਨੈਸ਼ਨਲ ਪੋਰਟ ਆ, ਬੜੇ ਆਰਾਮ ਨਾਲ ਕੰਮ ਚੱਲਣ ਦਿਆ। ਇੱਕ ਬੰਦੇ ਦੇ ਡਿਸਟਰਬ ਕਰਨਾ ਸਾਰੇ ਹੀ ਪਰਿਵਾਰ, ਸਾਰਾ ਹੀ ਯੂਨੀਅਨ ਜਿਹੜੀ ਡਿਸਟਰਬ ਹੁੰਦੀ ਹੈ, ਇੱਕੇ ਬੰਦੇ ਦਾ ਕਸੂਰ ਆ। ਉਹ ਮਾਲ ਸਾਰਾ ਲੈ ਗਿਆ, ਮਾਲ ਲੈਣਾ ਵਪਾਰੀ ਪ੍ਰਭਾਵਿਤ ਹੋਏ ਆ, ਤੇ ਜਿਹੜਾ ਉਸਨੇ ਈਸਟ ਇੰਡੀਆ ਕੰਪਨੀ ਵਾਲਾ ਕੰਮ ਕੀਤਾ, ਸਾਰਾ ਮਾਲ ਇੱਥੇ ਆ ਕੇ ਤੇ ਸਾਰੇ ਲੋਕਾਂ ਨੂੰ ਵਿਹਲੇ ਕਰਨਾ ਚਾਹੁੰਦਾ, ਜਿਹੜੀ ਉਹਨੂੰ ਉਹਦੇ ਮਨਸੂਬੇ ਚ ਕਾਮਯਾਬ ਨਹੀਂ ਹੋ ਦਿੱਤਾ ਜਾਊਗਾ, ਤੇ ਇਹ ਨਾ ਆਲਰੇਡੀ ਨੁਕਸਾਨ ਤੇ ICPDO ਚ ਹੋਊਗਾ। ਹਰ ਬੰਦੇ ਦਾ ਨੁਕਸਾਨ ਹੁੰਦਾ ਜਦੋਂ ਕੋਈ ਕੰਮ ਕਰਾਉਂਦਾ। ਇੰਟਰਨੈਸ਼ਨਲ ਬੰਦਰਗਾਹ ਵਾ, ਇੰਨਾ ਕਿੰਨਾ ਨੁਕਸਾਨ ਹੈਗਾ ਭਾਰਤ ਤੇ ਪਾਕਿਸਤਾਨ ਦੇ ਦੇਸ਼ ਦੇ ਵਪਾਰ ਠੱਪ ਹੋ ਜੂਗਾ ਜੀ, ਥੋੜਾ ਬੋਲ ਕੇ ਦੱਸਣਾ ਪਾਕਿਸਤਾਨ ਤੇ ਹਿੰਦੁਸਤਾਨ ਨਾਲ। ਇਹ ਜਿਹੜੀ ਸਾਂਝੀ ICPDO ਸਾਡੀ ਪਾਕਿਸਤਾਨ ਹਿੰਦੁਸਤਾਨ ਜਿਹੜਾ ਵਪਾਰ ਚੱਲਦਾ, ਇਹ ਬਿਲਕੁਲ ਠੱਪ ਹੋ ਚੁੱਕਿਆ ਰਹਿ ਜੂਗਾ ਜੇ ਇਹ ਕੰਮ ਨਾ ਚੱਲਿਆ।